दिल्ली दे विच भी जिहड़ा सीगा करजा सी खजाने दा बुरा हाल सी हस्पतालां दा सारा कुछ। पहला बजट दिल्ली दा 26,000 करोड़ दा पेश कीता मनीष सोढ़ी ने। हस्पताल बनाए, हस्पतालां च फ्री इलाज होए जां हुण भी हुंदे ने, नवीं लेटेस्ट मशीनां आईयां, मोहल्ला क्लीनिक खुले, पूरी दुनिया च उहनां दी चर्चा होई, स्कूल बने, 73% दिल्ली नूं जीरो बिल आउंदा बिजली, ऑडिट करवाया कंपनियां दा, सारा कुछ कीता। ते हुण जिहड़ा बजट पेश कीता ਉਹ 69,000 करोड़ ਦਾ, ਯਾਨੀ ਕਿ 2.5 ਗੁਣਾ ਹੋ ਗਿਆ। 2.5 ਗੁਣਾ ਬਜਟ ਵੀ ਵਧਾ ਤਾ, ਸਹੂਲਤਾਂ ਵੀ ਦਿੱਤੀਆਂ, ਕਰਜ਼ਾ ਵੀ ਨਹੀਂ ਚੜ੍ਹਨ ਦਿੱਤਾ, ਕਾਰਨ ਲੀਕੇਜ ਬੰਦ ਕਰ ਦਿੱਤੀ। ਜਿਹੜਾ ਪੁਲਟਾ 350 ਕਰੋੜ 'ਚ ਬਣਨਾ ਸੀ, ਨਵੀਂ ਟਿਕਰੀਕ ਨੇ 200 ਕਰੋੜ 'ਚ ਬਣਾ ਤਾ, 150 ਕਰੋੜ ਨਾਲ ਸਾਰੀ ਦਿੱਲੀ ਦੀ ਦਵਾਈ ਫ੍ਰੀ ਕਰਤੀ। ਇਹ 'ਚ ਤਾਂ ਕੋਈ ਫ੍ਰੀ ਵੀ ਆ ਚੱਕਰ ਨਹੀਂ ਨਾ। ਸੋ ਇਸੇ ਤਰ੍ਹਾਂ ਪੰਜਾਬ ਦੀ ਜਿਹੜੀ ਲੀਕੇਜ ਹੈ 34,000-35,000 ਕਰੋੜ ਦਾ ਇਕੱਲੇ ਬਜਟ ਦੇ ਵਿੱਚ ਕਰਪਸ਼ਨ ਦੀ ਲੀਕੇਜ ਹੈ, ਰੇਤੇ ਵਾਲਾ, ਇਸ ਤੋਂ ਬਾਅਦ ਐਕਸਾਈਜ਼, ਜਿੰਨੇ ਕਮਾਊ ਸਾਧਨ ਨੇ ਪੰਜਾਬ ਦੇ ਸਾਰੇ ਲੀਡਰਾਂ ਦੇ ਘਰ ਵੱਲ ਨੂੰ ਜਾਂਦੇ ਨੇ, ਉਹਨਾਂ ਨੂੰ ਆਪਾਂ ਖਜ਼ਾਨੇ ਵੱਲ ਲੈ ਕੇ ਆਵਾਂਗੇ, ਖਜ਼ਾਨਾ ਵੀ ਭਰਾਂਗੇ, 3,00,000 ਕਰੋੜ ਦਾ ਕਰਜ਼ਾ ਵੀ ਲਾਹਾਂਗੇ, ਭੱਜਦੇ ਨਹੀਂ, ਅਤੇ ਲੋਕਾਂ ਨੂੰ ਸਹੂਲਤਾਂ ਵੀ ਦੇਵਾਂਗੇ।